अस्सलाम वालेकुम जी। वेखो पंजाब चैनल ते तुहानू सबनू जीआं नू मैं कैसदा दरा ते अज असी बैठे हाँ बजुर्गों कोल जिन्हां दी उम्र इस वेले तकरीबन जिहड़ी है ना वह कोई माशाल्लाह 100 साल होण वाली है ते इहनां कोलों 47 वेले दीआं कुछ पुरानियां गल्लां बातां जिहड़ियां ने पुछांगे ते उम्मीद है कि बहुत वीडियो इंटरस्टिंग होण वाली है ते वीडियो नू लाइक कर लो ते मेरा चैनल वेखो पंजाब नू सबसक्राइब कर लो ते आओ जरा इहनां नू शुरू करने आ। अस्सलाम वालेकुम जी। वालेकुम सलाम। बुजुर्गो की नाम है जी अपना? इस्मतुल्लाह। ते अपने अब्बा जी का की नाम है जी? अब्बे दा हां जी जलालदीन। जलालदीन उन्होंने अगो वाला साहब का नाम? ओ दे नाम जो दे प्यो दे। हां जी ओ गुलाब सी ओ दे नाम। गुलाब गुलाब ते की को ना दे सनो ओ पता की गल ना पै गया सी मेरा भी गल मेरी गल सुना हां संताली वंड हुई जो पाकिस्तान बनिया उदो कि ਉਦੋਂ ਮੈਂ ਡੰਗਰ ਜਿਹੜੇ ਤਰੇ ਚਾਰ ਤੇ ਮੈਂ ਚਾਰ ਲਿਆਉਂਦਾ ਯਾਨੀ ਕਿ ਕੋਈ ਬਹੁਤਾ ਨਹੀਂ ਤੇ ਕੋਈ 10-12 ਸਾਲਾਂ ਦੇ ਤੇ ਹੋਊਗਾ। ਹਾਂ ਬਹੁਤੇ ਹਾਂ ਬਹੁਤੇ ਅੱਛਾ ਯਾਨੀ ਕਿ ਇਹ ਸਮਝ ਲਓ ਕਿ ਇਸ ਵੇਲੇ ਵੰਡ ਨੂੰ ਹੋ ਗਏ ਨੇ 74 ਬਰੇ ਤੇ 84 ਤਕਰੀਬਨ ਕੋਈ 90-92 ਸਾਲ ਉਮਰ ਤੁਹਾਡੀ ਹੋਣੀ ਹੈ ਇਸ ਵੇਲੇ। ਹੋ ਗਏ ਮਾਸ਼ਾਅੱਲਾ ਤੇ ਜੇ ਸਿਹਤਮੰਦ ਹੈ। ਹਾਂ ਸਹੀ ਹੈ ਸਹੀ ਹੈ। बटवालों दे अगो दो ਉਹਦਾ ਨਾਮ ਨਹੀਂ ਮੈਨੂੰ ਆਉਂਦਾ ਅੱਗੋਂ ਗੰਗੀ ਮੰਦਾ ਇਹਦੇ ਜੀ ਅੱਛਾ ਅੱਗੋਂ ਪੁੱਛ ਲਾ ਬੋਲਾ ਬਟਵਾਲ ਤੇ ਮੰਦਾ ਤੇ ਦੌਲੀ ਤੇ ਰੱਬ ਤੇਰਾ ਭਲਾ ਕਰੇ ਮੁੰਡਾ ਦਾ ਨਵਾਬ ਅੱਛਾ ਅੱਛਾ ਤੇ ਅੱਗੋਂ ਪੁੱਛ ਲਾ ਤੂੰ ਗੋਪੀ ਬਟਵਾਲ ਉਹਦਾ ਮੁੰਡਾ ਕੋ ਮੁਨਸ਼ੀ ਇੱਕ ਨਾਂ ਰੂੜ ਤੁਹਾਨੂੰ ਤਾਂ ਮਾਸ਼ਾ ਸਭ ਦੇ ਨਾਂ ਆਉਂਦੇ ਨੇ। ਉਹ ਉਹਨਾਂ ਨਾਲ ਕੋਈ ਤੁਹਾਡੇ ਕੋਈ ਯਾਰੀ ਦੋਸਤੀ ਵੀ ਹੈ ਸੀ ਮਿਲਣ ਮਿਲਾਉਣ ਵੀ ਹੈ ਸੀ? ਹੋਰ ਸਾਡਾ ਗੋਆ ਸੁੱਟ ਦਿੰਦੇ ਹਨ। ਅੱਛਾ ਗੋਆ ਸੁੱਟ ਦੇ ਸੇਬ ਕੀ ਸੀ ਜੀ ਉਹ ਗੋਆ ਸੁੱਟ ਦੇ ਹਨ। ਅੱਛਾ ਅੱਛਾ ਉਹ ਕਰੇ ਕਾਰੋਬਾਰ ਜਿਹੜਾ ਇਹ ਕਰ ਦਿੰਦੇ ਹਨ ਸਾਡੇ ਨਾਲ। ਅੱਛਾ ਅੱਛਾ ਉਹ ਫਿਰ ਜਦੋਂ 47 ਦੀ ਵੰਡ ਹੋਈ ਇੰਡੀਆ ਬਣਿਆ ਤੇ ਪਾਕਿਸਤਾਨ ਬਣਿਆ ਲਹਿਦਾ ਲਹਿਦਾ ਹੋ ਗਏ ਉਦੋਂ ਫਿਰ ਉਹ ਰਾਮ ਸਕੂਨ ਵਾਲੀ ਉੱਧਰ ਤੁਰ ਗਏ? ਉਹ ਬਾਅਦ ਵਿੱਚ ਗਏ ਨੇ। ਬਾਅਦ ਕਿੰਨੇ ਸਾਲ ਬਾਅਦ ਵਿੱਚ? ਉਹ ਕੋਈ 6-7 ਮਹੀਨੇ ਗਏ ਨੇ ਬਾਹਰ। ਅੱਛਾ ਆਈਏ ਆਈਏ ਕੀ ਇਹ ਖਰੇ ਕੀ ਹੋ ਗਿਆ ਪਤਾ ਨਹੀਂ ਕਿਸਾ ਹੀ ਗਏ ਉਹ ਪਤਾ ਨਹੀਂ ਕੀ ਹੋ ਜਾਂਦਾ। ਜਦੋਂ ਉੱਧਰ ਗਏ ਨੇ ਉਹ ਪਾਕਿਸਤਾਨ ਬਣਨ ਤੋਂ ਕਿੰਨੇ ਵਾਰੇ ਬਾਅਦ ਵਿੱਚ ਉਹ ਗਏ ਉੱਧਰ? ਉਹ ਮਗਰੋਂ ਕੋਈ ਸਾਲ ਡਿਊਟ ਮਗਰੋਂ ਗਏ ਨੇ। ਉਹ ਉਦੋਂ ਕਿਉਂ ਨਾ ਗਏ ਕੀ ਵਜ੍ਹਾ ਬਣੀ? ਉਦੋਂ ਉਹ ਰਹਿ ਤਾਂ ਗਏ ਹੁਣ ਇੱਥੇ ਕੀ ਆਂਦੇ ਨਹੀਂ ਜਾਣਾ ਤੇ ਫਿਰ ਕਾਹ ਤੋਂ ਤੁਰ ਫਿਰ ਵਾਪਸ ਤੁਰ ਗਏ? ਪਿੰਡ ਵਾਲਾ ਕੋਈ ਤੰਗ ਸ਼ੰਗ ਤਾਂ ਨਹੀਂ ਕੀਤਾ? ਖੜੇ ਹੁਣ ਇੱਧਰ ਰਹੇ ਨੇ ਜਾਂ ਉੱਧਰ ਤੁਰ ਗਏ ਨੇ ਯਾਨੀ ਕਿ ਇੱਥੋਂ ਤੁਰ ਗਏ ਨਾ? ਇੱਥੋਂ ਤੁਰ ਗਏ ਨਹੀਂ ਪਿੰਡ ਵਾਲੇ ਨੇ ਉਹਨਾਂ ਨੂੰ ਕੋਈ ਤੰਗ ਤਾਂ ਨਹੀਂ ਕੀਤਾ ਮਾਰਿਆ ਮੂਰਿਆ ਹੋਇਆ ਉੱਕਾ ਬਿਲਕੁਲ ਕੋਈ ਚੰਗ ਸਮੇਂ ਨਹੀਂ ਕੀਤਾ ਕਿਸੇ ਨੇ ਕੋਈ ਵੀ ਨਹੀਂ ਆਖਿਆ ਕਿਸੇ ਨੇ ਮੌਜ ਲੈ ਫਿਰ ਟੁਰ ਗਏ। ਅੱਛਾ ਇਹ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਤਾਂ ਉਦੋਂ ਤੁਹਾਨੂੰ ਕੀ ਖਬਰ ਮਿਲੀ? ਕੋਈ ਰੇਡੀਓ 'ਤੇ ਆਇਆ ਪਹਿਲਾਂ ਜੀ ਪਾਕਿਸਤਾਨ ਬਣ ਗਿਆ ਜਾਂ ਸਿੱਖ ਉੱਧਰ ਚਲੇ ਗਏ ਹਿੰਦੂਆਂ ਦਾ ਉਹ ਮੁਲਕ ਹੋ ਗਿਆ ਮੁਸਲਮਾਨਾਂ ਦਾ ਇਹ ਉਦੋਂ ਕੋਈ ਇੰਝ ਦੀ ਕੋਈ ਖਬਰ? ਇਹ ਉਦੋਂ ਇੱਕ ਆਉਂਦੇ ਨੇ ਬੱਗੀ ਜਿਹੀ ਘੋੜੀ ਵਾਲਾ ਸੀ। ਅੱਛਾ ਉਹ ਫਿਰ ਗਿਆ ਉਸਨੇ ਪਤਾ ਨਹੀਂ ਲੱਗਣ ਦੇ ਚਾਹ ਪੈ ਦਵਾਈ ਗਈ ਉਹ ਖੜੇ ਹੁਕਮ ਅੱਲਾ ਪਾਕ ਦੇ ਨਾਲ ਹੀ ਕੋਈ ਇਹੋ ਕੋਈ ਬੱਗੀ ਘੋੜੀ ਵਾਲਾ ਆ ਬੱਗੀ ਘੋੜੀ ਵਾਲਾ ਗਿਆ ਬੱਗੀ ਘੋੜੀ ਫਿਰੀ ਹੈ ਤੇ ਬੱਗੀ ਘੋੜੀ ਫਿਰੀ ਹੈ ਸਿਰਫ
ਉਹ ਐਲਾਨ ਕਰਦਾ ਜਾਂਦਾ ਸੀ ਹੋਰ ਨਾ ਵੈ ਐਲਾਨ ਵੀ ਨਹੀਂ ਉਹਨੇ ਕੀਤਾ ਕੋਈ ਹੁਕਮ ਮਰਦਾ ਪਾਕ ਦੇ ਨਾਲ ਐਸੀ ਪਾਕ ਬਿਜਵਾਈ ਗਈ ਬਸ ਵੱਢ ਟੁੱਕ ਕੋਈ ਥੋੜ੍ਹੀ ਜਿਹੀ ਦੁਨੀਆ ਮੁੱਕੀ ਹੈ ਅੱਛਾ ਬੜੀ ਦੁਨੀਆ ਮੁੱਕੀ ਹੈ ਸੋਭਾ ਮੈਂ ਸੋਭਾ ਮੈਂ ਜਦੋਂ ਉੱਧਰੋਂ ਮੁਸਲਮਾਨ ਇੱਧਰ ਆਏ ਨੇ ਇਹਨਾਂ ਨੂੰ ਵੀ ਉਹਨਾਂ ਵੱਡਿਆ ਟੁੱਕਿਆ ਜਿਹੜੇ ਇੱਧਰੋਂ ਹਿੰਦੂ ਗਏ ਨੇ ਉਹਨਾਂ ਨੂੰ ਵੀ ਵੱਡਿਆ ਟੁੱਕਿਆ ਆ ਦੋਵਾਂ ਪਾਸੇ ਇੰਜ ਹੋਇਆ ਦੋਵਾਂ ਪਾਸਿਆਂ ਦੇ ਹੋਰ ਸੁਣਾਓ ਕੋ ਉਸ ਵੇਲੇ ਦੀ ਗੱਲਬਾਤ ਉਸ ਵੇਲੇ ਦੀ ਗੱਲਬਾਤ ਨਹੀਂ ਰਹਿਣ ਦੇ ਉਸ ਵੇਲੇ ਦੀ ਗੱਲ ਪੁੱਛੇ ਨੂੰ ਮੈਂ ਕਿਹੜੀ ਸੁਣਾਵਾਂ ਉਦੋਂ ਲੋਕਾਂ ਦਾ ਰਹਿਣ ਬਹਿਣ ਜਿਹੜਾ ਸੀ ਕੰਮ ਕਾਰ ਕੀ ਹੁੰਦਾ ਸੀ ਉਦੋਂ ਘਰੋਂ ਬਾਹਰ ਸਿਰ ਨਾ ਜ਼ਿਮੀਦਾਰੇ ਕਰਦੇ ਹੁਣ ਤਾਂ ਮਸ਼ੀਨਰੀ ਦੌਰ ਆ ਗਿਆ ਨਾ ਉਦੋਂ ਤਾਂ ਹੱਥਾਂ ਨਾਲ ਹੀ ਸਾਰਾ ਕੁਝ ਕਰਦੇ ਸੀ ਉਦੋਂ ਹੱਥਾਂ ਨਾਲ ਕਰੀਦਾ ਸੀ ਹੁਣ ਮਸ਼ੀਨਰੀ ਦਾ ਆ ਗਿਆ ਹੁਣ ਵੇਖੇ ਕਬਾਡੀ ਕਰਦਾ ਨਾ ਹੁਣ ਉਹਨਾਂ ਕੁ ਕੰਮ ਕਰਨਾ ਜਿਹਦਾ ਇੱਕ ਦੋ ਡੰਗਰ ਉਹ ਉਹਨੇ ਕੋਲ ਇੰਨੇ ਕੁ ਵੱਢ ਲੈਣੀ ਹੈ ਕਣਕ ਹਾਂਜੀ ਚੱਕੂ ਸਰ ਲੈਣੀ ਹੈ ਭਰੋਸਾ ਫਰਾ ਲਓ ਤੇ ਰੈਪਰ ਫਰਾ ਲਓ ਉਦੋਂ ਹੱਥ ਨਾਲ ਹੀ ਸਾਰਾ ਉਦੋਂ ਕਣਕ ਵੱਢਦੇ ਰਹਿਣਾ ਫਿਰ ਉਹਦੇ ਗਾਹ ਪਾਉਣੇ ਆ ਬੰਦਾ ਮੂੰਹ ਦੇ ਸਵੇ ਇਹਨੂੰ ਪੁੱਛ 12-14 ਕਿੱਲੇ ਪਾ ਲਈਏ ਉਹਨੂੰ ਵੱਢਣਾ ਵੀ ਹੈ ਉਹਨੂੰ ਫੰਡਣਾ ਵੀ ਹੈ ਛੇ ਮਹੀਨੇ ਉਹਦੇ ਵਿੱਚ ਫਿਰਨਾ ਕਣਕ ਵੱਢਣੀ ਹੈ ਸਰਾ ਸਰਾ ਕਿੱਲੇ ਕਮਾਦ ਲਾਇਆ ਗੋਡਿਆ ਉਹ ਪੀੜਨਾ ਸਿਰਫ ਦੋ ਬੰਦੇ ਜਾਂ ਪਸਰੀ ਜਾ ਸੀ ਤਾਂ ਜਾਂ ਮੈਂ ਪੀੜਿਆ ਵੀ ਹੈ ਸਾਰੇ ਕਾਰੋਬਾਰ ਕੀਤੇ ਨੇ ਅਤੇ ਅੱਜ ਤਾਂ ਹੁਣ ਦੱਸ ਉਹ ਰਹਿ ਗਿਆ ਹਾਂਜੀ ਮਾਸ਼ਾਅੱਲਾ ਸਿਹਤ ਤੁਹਾਡੀ ਰਹਿ ਗਿਆ ਨਾ ਇੱਕੇ ਸੰਡੇ ਜਿੱਡਾ ਜਾਣਾ ਹੈ ਚੱਕੀ ਰਹਿ ਗਿਆ ਹੱਡੀਆਂ ਦੇ ਮੁੱਠ ਰਹਿ ਗਈ ਟਾਈਮ ਟਾਈਮ ਦੀ ਗੱਲ ਹੈ ਨਾ ਟਾਈਮ ਟਾਈਮ ਦੀ ਗੱਲ ਹੈ ਅਤੇ ਰੱਬ ਜ਼ੇਰਾ ਭਲਾ ਕਰੇ ਕਾਰੋਬਾਰ ਕੀਤਾ ਅਤੇ ਡੱਟ ਕੇ ਕੀਤਾ ਸਾਰੇ ਪਿੰਡੋਂ ਵਾਧੂ ਕੰਮ ਕੀਤਾ ਹਾਂ ਅਤੇ ਆਪਣੀ ਗੋਤ ਕਿਹੜੀ ਜੇ ਜੱਟ ਕਿਹੜੇ ਹੋ ਤੁਸੀਂ ਕੀ ਕਿਹੜੇ ਜੱਟ ਹੋ ਮੈਂ ਆਖਿਆ ਜੱਟ ਕੌਮ ਕਿਹੜੀ ਜਜ਼ਾਤ ਕਿਹੜੀ ਬਾਜਵੇ ਬਾਜਵੇ ਜੱਟ ਇਸ ਪਿੰਡ 'ਚ ਬਹੁਤੇ ਮੇਰਾ ਹੈ ਹੀ ਬਾਜਵੇ ਨੇ ਬਾਜਵੇ ਇਹ ਹੁਣ ਸੁਣੀ ਦਾ ਵੀ ਉੱਚੀ ਗੱਲ ਨਾ ਹਾਂਜੀ ਹੁਣ ਉਹ ਗੱਲਾਂ ਨੇ ਰਹੀਆਂ ਪੈ ਜਾਂਦੇ ਨੇ ਲੋਕ ਬਸ ਸਕੇਵਾ ਹੋ ਜਾਂਦਾ ਉਹ ਹੋ ਜਾਂਦਾ ਨਾ ਕਿਤੇ ਸਕੇਵਾ ਨਾ ਲੈਣੀ ਨਾ ਦੇਣੀ ਅੱਲਾਹ ਪਾਕ ਦੀਆਂ ਰਹਿਮਤਾਂ ਹਨ ਜੇ ਤੇ ਬਾਹਰ ਕਾਰੋਬਾਰ ਕਰਦੇ ਹਨ ਰੋਟੀ ਉਸੇ ਤਰ੍ਹਾਂ ਦੀ ਜਾਂਦੀ ਸੀ ਪਹਿਲਾਂ ਕੁ ਕਾਰੋਬਾਰ ਅਗਲਿਆਂ ਕੀਤਾ ਅਤੇ ਹੁਣ ਭੈਣ ਜਿਹੜਾ ਸ਼ਾਮ ਦਾ ਸ਼ਾਮ ਨੂੰ ਦੇ ਹੜਨਾ ਫਜਰ ਦਾ ਫਜਰੇ ਦੇ ਹੜਨਾ ਆਪੇ ਡੰਡੇ ਪਿਆ ਵਜਾਉਣੇ ਨੇ ਭਾਂਡੇ ਮੁੰਦੇ ਮਾਰ ਫਿਰ ਮਰ ਜਾਓ ਅਤੇ ਚਾਹ ਦੇ ਸੀ ਪੀ ਪੀ ਕੇ ਜਦੋਂ ਚੋਣੀਆਂ ਨੇ ਉਹਦੇ ਅੱਗੇ ਦੁੱਧ ਹੀ ਖਲੋਤਾ ਹੁੰਦਾ ਹਰ ਲਾਜੋ ਜੀ ਆਹੋ ਤੇ ਫਿਰ ਗਾਂ ਨਵੀਂ ਨਸਲ 'ਚ ਤਾਕਤ ਕਿੰਨੀ ਕਾਉਣੀ ਹੈ ਤੁਹਾਡੇ ਵਾਰੀ ਤਾਂ ਸੁਣਿਆ ਵੀ ਘਿਓ ਉਂਝ ਵੀ ਪੀ ਜਾਂਦੇ ਹੁੰਦੇ ਸੀ ਬਾਈ ਹੁਣ ਮੈਂ ਤੈਨੂੰ ਦੱਸਾਂ ਗੱਲ ਉਦੋਂ ਲਵੇਵੇ ਹੁੰਦੇ ਹਨ ਤਾਂ ਉਦੋਂ ਇਹ ਕੰਮ ਨਹੀਂ ਸੀ ਨਾ ਹੁੰਦਾ ਉਦੋਂ ਭਾਂਡੇ ਭਰੇ ਹੁੰਦੇ ਹਨ ਘਿਓ ਦੇ ਜਿੰਨਾ ਦਿਲ ਕਰਨਾ ਕਿਸੇ ਨੇ ਖਾਣਾ ਰਾਤ ਨੂੰ ਸ਼ਾਮ ਨੂੰ ਦੁੱਧ ਪੀਣਾ ਹੈ ਤਸਾਦਾ ਅਤੇ ਹੁਣ ਵੇਖਦਾ ਬਈ ਹੁਣ ਲੱਸੀ ਵੀ ਨਹੀਂ ਲੱਭਦੀ ਚਾਹ ਹੈ ਜੀ ਦੋ ਹਿੱਸੇ ਪਾਣੀ ਅਤੇ ਤੀਸਰਾ ਹਿੱਸਾ ਦੁੱਧ ਇਹ ਤੱਸਾ ਕਰ ਲਓ ਜੇ ਪੀ ਆ ਵਹਿੰਦਾ ਰਿਹਾ ਜੀ ਅਗਲੇ ਦਿਨ ਜੰਮਦੇ ਨੇ ਫਿਰ ਸਾਰੇ ਬੱਗੇ ਹੋ ਗਏ ਸਹੀ ਗੱਲ ਹੈ ਆ ਮੈਂ ਆਪਣੀ ਅੱਖੀ ਵਹਿਣਾ ਪਿਆ ਪਰ ਜਿਹੜੇ ਕੱਲ੍ਹ ਜੰਮੇ ਹੋਏ ਨੇ ਉਹ ਨਹੀਂ ਤੁਰ ਸਕਦੇ ਪਏ ਉਹ ਗੋਡਿਆਂ ਦਾ ਸਰ ਕੇ ਉੱਠਣਾ ਮਰ ਗਏ ਨੇ ਇਸੇ ਤਰ੍ਹਾਂ ਮੂੰਹ ਢਿੱਡ 'ਚ ਪੈਣਾ ਕੱਖ ਵੀ ਨਾ ਅਤੇ ਫਿਰ ਸੱਸ ਵੀ ਝੋਨਾ ਕਿਉਂ ਨਾ ਬਿਲਕੁਲ ਬਿਲਕੁਲ ਹਾਂ ਕੋਈ ਵਾਕਿਆ ਸੁਣਾਓ ਕੋਈ ਪੁਰਾਣੀ ਗੱਲ ਸੁਣਾਓ ਪੁਰਾਣੀ ਕਿਹੜੀ ਸੁਣਾਵਾਂ ਤੈਨੂੰ ਮੈਂ ਕਿਤੇ ਸੁਹਾਗੇ ਸੁਹੂਗੇ ਚੁੱਕਦੇ ਰਹੇ ਕੋਲ ਕੁਸ਼ਤੀਆਂ ਬਾਈ ਮੈਂ ਤੈਨੂੰ ਦੱਸਾਂ ਗੱਲ
ਉਹ ਕਬੱਡੀ ਛੱਡੀ ਜੇ ਹਾਂ ਖੇਡੀ ਨਹੀਂ ਐਵੇਂ ਚਲੇ ਅੱਗੇ ਮੈਂ ਝੂਠ ਮਾਰਾਂ ਮਰਨ ਸ਼ੇਰੀ 'ਚ ਬੈਠਾ ਹਾਂ ਹੁਣ ਸੁਹਾਗਾ ਜਿਹੜਾ ਹੈ ਮਜ਼ਦੂਰਾਂ ਨੇ ਜਿਹੜੀਆਂ ਚੁੱਕ ਕੇ ਲਾ ਵੇਦਾ ਸੀ ਭਾਜੀ 'ਚ ਅਤੇ ਸਾਡਾ ਬੰਦਾ ਹੁੰਦਾ ਸੀ ਇੱਕ ਉਹ ਉਦੋਂ ਸਿੱਖ ਇੱਥੇ ਸਨ ਅੱਛਾ ਖਾਣ ਨਹੀਂ ਲੱਗਦਾ ਸੀ ਮੇਲਾ ਉਹ ਜਿਹੜਾ ਪਿੜ ਮਲ ਸਿੱਖ ਸੀ ਨਾ ਉਹਨੇ ਭਰੀ ਮੇਲਣੇ ਦੇ ਉੱਤੇ ਪਹਾੜੀ ਸੀ ਚੰਗੀ ਪਹਾੜੀ ਉਹ ਕਿੱਥੋਂ ਦਾ ਸਿੱਖ ਸੀ ਕਿਹੜੇ ਪਿੰਡ ਦਾ ਸੀ ਹਾਂ ਇੱਥੋਂ ਦਾ ਖਾਣ ਨਰੀ ਦਾ ਕੀ ਨਾਂ ਸੀ ਉਹਦਾ ਪਿੜ ਮਲ ਪਿੜ ਮਲ ਪਿੜ ਮਲ ਅੱਛਾ ਖਾਣ ਦਾ ਸਿੱਖ ਸੀ ਉਹ ਹਾਂ ਚੰਗਾ ਜਣਾ ਸੀ ਉਹ ਚੰਗਾ ਜਣਾ ਚੰਗਾ ਉਹਨੇ ਭਰੀ ਪਹਾੜੀ ਉਹਦਾ ਕਮਾਦ ਹੁੰਦੇ ਹਨ ਕਾਠੇ ਅੱਛਾ ਕਾਠੇ ਕਮਾਦ ਗੰਨੇ ਹੁੰਦੇ ਸਨ ਸਜੇ ਉਹਨੇ ਭਰੀ ਪਹਾੜੀ ਜ਼ਿਆਦਾ ਅਤੇ ਜਿਹੜੇ ਮੇਰੇ ਕੋਲ ਨਹੀਂ ਨਾ ਚੁੱਕੀ ਜਾਣੀ ਅਤੇ ਜਿਹੜੇ ਬੰਦੇ ਆਏ ਨੇ ਇਹਨਾਂ ਕੋਲ ਮੈਂ ਨਾ ਚੁੱਕੀ ਜਾਣੀ ਅਤੇ ਬੰਦੇ ਐਵੇਂ ਬੰਦਾ ਪਿਆ ਝੂਠ ਮਾਰਿਆ ਹੁਣ ਲੋਕਾਂ ਦੇ ਜਾਂ ਕਾਮੋਕਿਆਂ ਦੇ ਚੰਗੇ ਚੰਗੇ ਮੁੰਡੇ ਸਨ ਅਤੇ ਸਾਡਾ ਵੀ ਬੰਦਾ ਠੀਕ ਠਾਕ ਸੀ ਅਤੇ ਇੱਥੇ ਭਰੀ ਚੁੱਕੀ ਸੀ ਉਸਨੇ ਕਿਸੇ ਬੰਦੇ ਕੋਲੋਂ ਭਰੀ ਨਹੀਂ ਸੀ ਚੁੱਕੀ ਗਈ ਸਾਡਾ ਬੰਦਾ ਜਿਹੜਾ ਭਰੀ ਚੁੱਕ ਕੇ ਤਾਂ ਮੁੰਡੇ ਸਰ ਛੱਡੀ ਕੀ ਨਾਂ ਸੀ ਉਹਨਾਂ ਦਾ ਗੁਲਾਮ ਰਸੂਲ ਗੁਲਾਮ ਰਸੂਲ ਹਾਂ ਅੱਜ ਤਾਂ ਮਰ ਖੱਪ ਗਏ ਵਿਚਾਰੇ ਜਦ ਗਲ ਮੁੱਕ ਗਏ ਅਤੇ ਮੁੰਡੇ ਦੇ ਧਰ ਕੇ ਉਹਨੇ ਆਖਿਆ ਸਿੱਖਾ ਹੋਰ ਪਾ ਸੱਦੀ ਹੈ ਜੇ ਉੱਥੇ ਅਤੇ ਉਦੋਂ ਲੋਕ ਖਾਂਦੇ ਪੀਂਦੇ ਹਨ ਹਾਂ ਅਤੇ ਹੁਣ ਲੋਕ ਖਾਣਾ ਕੀ ਇਹਦੇ ਨਾਲ ਕਰਨਾ ਕੀ ਹੁਣ ਆ ਟੋਕੇ ਦੇ ਵਿੱਚ ਲਾ ਦੇ ਜੂੰ ਡੰਗਰਾਂ ਵਿੱਚ ਕੋਈ ਪੱਠੇ ਨਹੀਂ ਇਹਨਾਂ ਕੋਲ ਕੁਸਰਿਆ ਜਾਣਾ ਹਾਂ ਅੱਛਾ ਚਾਰ ਹਾਲੀ ਤੇਰਾ ਚਿਰ ਮਈਆਂ ਤੇਰਾ ਚਿਰ ਹਾਲ ਹੈਨੂੰ ਵੀ ਹੱਥਾਂ ਜਿਹੜੇ ਬੰਦੇ ਨੇ ਮੈਂ ਫੜ ਲਿਆ ਸਾਮ ਇਹਦੇ ਬੂਟੇ ਫੜ ਲਿਆ ਸਾਮ ਕੁਸਰ ਕੇ ਤਾਂ ਫਿਰ ਆਂ ਖਲੋਣਾ ਸਹੀ ਹਾਂ ਇਹ ਗੱਲਾਂ ਹੁੰਦੀਆਂ ਨੇ ਟਾਈਮ ਟਾਈਮ ਦੀਆਂ ਨੇ ਸੱਸ ਦੀਆਂ ਬਿਲਕੁਲ ਜਦੋਂ ਤਾਕ ਦੇ ਵਿੱਚ ਹੋਏ ਨਾ ਫਿਰ ਐਵੇਂ ਹੁਬਗੜੀ ਪਈ ਪੈਂਦੀ ਹਾਂ ਅਤੇ ਜਦੋਂ ਤਾਕਤ ਸ਼ਾਕਤ ਕੋਈ ਨਾ ਹੋਏ ਤਾਂ ਫਿਰ ਉਹਦੀ ਹੁਬਕੜੀ ਵੀ ਕਾਹਦੀ ਪੈਣੀ ਸੀ ਸਹੀ ਗੱਲ ਹਾਂ ਇਹਨਾਂ ਦੀ ਗੱਲ ਸੁਣਾਓ ਕੋਈ ਆ ਬਾਬੇ ਸਰਦਾਰ ਹੋਰਾਂ ਦੀ ਉਹ ਵੀ ਠੀਕ ਠਾਕ ਸਨ ਆਹਦੇ ਨੇ ਚੰਗਾ ਉਹ ਵੀ ਸੁਹਾਗਾ ਸੁਹਾਗਾ ਚੁੱਕ ਲੈਂਦੇ ਨਹੀਂ ਸੁਹਾਗਾ ਸੁਹਾਗਾ ਕੋਈ ਨਹੀਂ ਚੁੱਕਿਆ ਹਾਂ ਨਾ ਐਵੇਂ ਤੇਰੇ ਅੱਗੇ ਮੈਂ ਝੂਠ ਮਾਰਾਂ ਅਤੇ ਉਹ ਜਿਹੜਾ ਬਾਬਾ ਘੋਨਾ ਜਿਹੜੇ ਸਨ ਤੁਹਾਡੇ ਉਹਨਾਂ ਦੀ ਕੋਈ ਗੱਲ ਸੁਣਾਓ ਉਹ ਤਾਂ ਭਾਈ ਸਾਡੇ ਤੋਂ ਗਿਸਰੇ ਵਿਚਾਰੇ ਗੁਜ਼ਰ ਗਏ ਅੱਛਾ ਅੱਛਾ ਹਾਂ ਉਦੋਂ ਹੀ ਹੋ ਰਹੇ ਸਨ ਜਦੋਂ ਗੁਜ਼ਰ ਗਏ ਨੇ ਉਹ ਹੋਰ ਸਾਡਾ ਘੋਨਾ ਤਾਂ ਉਹਦੇ ਛੋਟੇ ਸਨ ਉਹ ਗੁਜ਼ਰ ਗਏ ਹੋਰ ਸਾਡੇ ਪਿੰਡ ਵਿੱਚ ਕਿਹੜਾ ਸੀ ਬੰਦਾ ਜਿਹੜਾ ਕੋਈ ਸੁਹਾਗਾ ਚੁੱਕ ਲੈਂਦੀ ਜਾਂ ਕੁਸ਼ਤੀ ਘੁਲਦਾ ਸੀ ਜਾਂ ਆਹ ਲੰਬੜਾਂ ਦਾ ਮੁੰਡਾ ਸੀ ਇੱਕ ਕੀ ਨਾਂ ਸੀ ਉਹਦੀ ਪਹਾੜ ਸ਼ਾੜ ਚੁੱਕਦਾ ਕੀ ਨਾਂ ਸੀ ਉਹਨਾਂ ਦਾ ਰਹਿਮ ਚਾਲੀ ਅੱਛਾ ਅਤੇ ਹੋਰ ਵੀ ਆ ਸਾਡਾ ਮੁੰਡੇ ਠੀਕ ਠਾਕ ਸਨ ਅਤੇ ਉਦੋਂ ਖਾਣ ਪੀਣ ਨੂੰ ਲੱਗਦਾ ਭਰੀਆਂ ਚੁੱਕਦੇ ਹਰ ਵੇਲੇ ਦੇ ਉੱਤੇ ਭਰੀ ਪਾਈ ਸੀ ਜ਼ੋਰ ਲਾਉਣਾ ਚੁੱਕਣੇ ਕਬੱਡੀ ਛੱਡੀ ਵੀ ਖੇਡਣੀ ਅਤੇ ਜਿਹੜਾ ਵੱਟਾ ਵੁੱਟਾ ਚੁੱਕਦੇ ਹੁੰਦੇ ਸੀ ਇਹ ਵੱਟਾ ਇਹ ਵੱਟਾ ਨਹੀਂ ਚੁੱਕਿਆ ਗਿਆ ਕਿੰਨਾ ਕੀ ਹੁੰਦਾ ਆਹ ਨਾ ਸਦੀਕੇ ਵਿਰਕ ਨੇ ਚੁੱਕਿਆ ਸੀ ਵਾਟਾ ਹਾਂ ਆਹੋ ਉਹਨੇ ਚੁੱਕਿਆ ਜਾਂ ਗੁਲਾਮਾ ਰਸੂਲ ਸੀ ਮੈਂ ਦਲੀ ਵਾਲਾ ਉਹਨੇ ਗਾਟੀ ਜੇ ਮੁੰਡੇ ਚਾੜੀ ਸਹੀ ਵਜੂਦ ਐਵੇਂ ਸ਼ੀਟ ਕਾ ਜਿਹਾ ਸੀ ਨਰਵਾਸ ਉਹਨੇ ਗਾਟੀ ਮੁੰਡੇ ਚਾੜੀ ਸੀ ਉਹ ਜਿਹਦੀ ਤੈਨੂੰ ਮੈਂ ਗੱਲ ਸੁਣਾਈ ਹੈ ਭਰੀ ਚੁੱਕੀ ਉਹ ਮਸਾਂ ਇੱਥੇ ਖੜਦਾ ਸੀ ਗਾਟੀ ਮੁੰਡੇ ਨੇ ਚੜੀ ਹੈਂ ਇੱਥੇ ਖੜਦੀ ਬਸੇਰਾ ਹੀ ਹੋਰ ਲਾਇਆ ਨਹੀਂ ਮੁੰਡੇ ਨੇ ਹੀ ਗਿਆ ਇਹ ਗੱਲਾਂ ਸਵਾਗਤ ਦੀਆਂ ਹੁੰਦੀਆਂ ਬਿਲਕੁਲ ਅੱਛਾ ਇਹ ਦੱਸੋ ਕਿ ਉਦੋਂ ਦਾ ਜ਼ਮਾਨਾ ਜਿਹੜਾ ਚੰਗਾ ਸੀ ਜਾਂ ਹੋਣ ਵਾਲਾ ਚੰਗਾ ਇਹ ਜਿਹੜਾ ਵਕਤ ਲੰਘ ਜੇ ਉਹ ਹੀ ਚੰਗਾ ਹੁੰਦਾ ਨਹੀਂ ਆਹ ਜਿਹੜੇ ਹੁਣ ਵਕਤ ਹੈ ਨਾ ਹੁਣ ਆਇਆ ਇਹਦੇ ਨਾਲੋਂ ਜੇ ਤਾਂ ਬੰਦਾ ਸੋਚੇ ਤਾਂ ਪਿਛਲਾ ਵਕਤ ਚੰਗਾ ਸਾਰਿਆਂ ਭੈਣਾਂ ਭਰਾਵਾਂ ਨੇ ਇਕੱਠਿਆਂ ਬਹਿਣਾ ਕੋਈ ਗੱਲਬਾਤ ਕਰਨੀ ਹੈ ਤਾਂ ਸਾਰਿਆਂ ਭੈਣਾਂ ਭਰਾਵਾਂ ਨੇ ਬਹਿ ਕੇ ਕਰਨੀ ਹੈ ਜੇ ਸਲੂਕ ਇੱਥੇ ਵੀ ਟਹਿਣੀ ਲੱਗੀ ਸੀ ਉੱਥੇ ਵੀ ਟਹਿਣੀ ਲੱਗੀ ਸੀ ਬਹਿਣਾ ਖਲੋਣਾ
सलूक ना गल्ला करनी है ते हुण वेखे चार बंदे बैठे इकट्ठे जिहदे किसे असूल ना सोचे ना बंदा ते ओह जमाना चंगा सी इस जमाने दा एक दूजे दे हिरदे संदे अखियां दे विच शर्म हुण हिया ही नहीं रहा अखियां दे विच सही गल जिहड़े इंसान ने मां दा नीर पीता है ना ओहदी अख दे विच लाजमी शर्म पएगी ਉਹ ਜਿਹੜੇ ਕੁੜੀ ਆ ਵੇਚਣ ਦੇ ਫਿਲਟਰਾਂ ਦਾ ਦੁੱਧ ਪੀਤਾ ਹੈ ਉਹਦੀ ਅੱਖ 'ਚ ਸ਼ਰਾਬ ਕਸਰ ਜੀਰ ਮਜ਼ੀਦ ਰਹੇਗੀ ਉਹਦੀਆਂ ਅੱਖੀਆਂ ਸੋਚੀਆਂ ਸਾ ਸਕਦੀਆਂ ਹੋਣਗੀਆਂ ਹਾਂ ਇਹ ਬਹੁਤ ਜ਼ਿਆਦਾ ਫਿਲਟਰਾਂ ਦੇ ਦੁੱਧ ਡਾਏ ਹੀ ਨਹੀਂ ਅੱਜ ਹੁਣ ਹੈ ਹੀ ਉਹੀ ਕੰਮ ਅੱਜ ਬਾਅਦ 6 ਮਹੀਨਿਆਂ ਨੂੰ ਹੋ ਗਏ ਸਾਰਾ ਫਿਲਟਰ ਸੋਚਦਾ ਕਸਰ ਆਉਂਗਾ ਇਹ ਗੱਲ ਝੂਠੀ ਨਹੀਂ ਹੁਣ ਫਿਰ ਸਭ ਮੁੱਕ ਗਈਆਂ ਲਘੂ ਸਰਾਦ ਹੋ ਗਏ ਨੇ ਭਰਾ ਨੇ ਭਰਾ ਵੱਢਣ ਦਿਆ ਫਿਰ ਮੈਂ ਲਵੇਟ ਲਾ ਮੈਂ ਲਵੇਟ ਇਹ ਨਹੀਂ ਪਤਾ ਕੁੜੀ ਜਾਂ ਵਿਹਲਿਆ ਸੋ ਆਪਣਾ ਵੀ ਹੱਕ ਖਾਣਾ ਕਿ ਨਹੀਂ ਖਾਣਾ ਬਿਲਕੁਲ ਕਿਹੜੇ ਵੇਲੇ ਸਾਹ ਨਿਕਲ ਜਾਣੇ ਇਹ ਦਮ ਬਗਾਉਣੇ ਨੇ ਨਸਾਣ ਜਿਹਾ ਮੈਂ ਪਾਣੀ ਦੇ ਉੱਤੇ ਬੁੱਲ ਬੁੱਲ ਪਤਾ ਨਹੀਂ ਸਾਹ ਆਇਆ ਜਾਂ ਨਾ ਆਇਆ ਇਹੋ ਜਿਹੀਆਂ ਮਿਹਰਬਾਨੀ ਸਹੀ ਗੱਲ ਬਿਲਕੁਲ ਹਾਂ लो जी यह कुछ गल्लां सन कि जिहड़ियां कि बजुर्गां नाल कीतियां कुछ यादां इन्हां भी ताज़ा कीतियां ते उम्मीद करने हैं कि तुहानूं अज दी कावश जिहड़ी ये पसंद आई होएगी ते जांदे जांदे साडे चैनल नूं जिहड़ा सबसक्राइब कर लवो ते मैनूं दे इजाज़त अपना बहुत सारा ख्याल रखो रब रखा जी।